स्वार्थी लोग हैं, भटके हुए लोग हैं जो मंडियां पा रहे हैं। अदरवाइज एक तो आए हैं सारे, सब का एको पिता है, सब का सांझा बाप एक है। जेते जी देते सब तेरे हैं, एक पिता एक सके हमारिक है, एक नूर ते सब जग मुझे है। वेद ग्रंथा तो उपर भी है कुछ कह इतने का मुक जाता है सारा कुछ। बहुत ज्यादा हेल्पफुल है साढ़े लिए पवित्र ग्रंथ, सहायक है परम सच को जानने के लिए। ਤੁਹਾਡਾ ਕਹਿਣਾ ਕਿ ਧਾਰਮਿਕ ਜਿਹੜੇ ਯਾਗੂ ਨੇ ਧਾਰਮਿਕ ਜਥੇਬੰਦੀਆਂ ਉਹ ਪ੍ਰਚਾਰ ਪ੍ਰਸਾਰ ਨਹੀਂ ਕਰ ਸਕਦੇ? ਪ੍ਰਚਾਰ ਪ੍ਰਸਾਰ ਤਾਂ ਦੂਰ ਦੀ ਗੱਲ ਹੈ, ਧਰਮ ਦਾ ਵਾਸਤਵਿਕ ਰੂਪ ਸਮਝਣ 'ਚ ਵੱਡੇ ਪੱਧਰ 'ਤੇ ਫੇਰ ਹੋ ਰਿਹਾ ਸਾਡਾ ਸਮਾਜ। ਫਰਕ ਕੀ ਹੈ ਮਜ਼ਹਬ ਕੀ ਤਾਂ ਸ਼ਬਦ ਹੈ? ਜਿਹੜੇ ਮਜ਼ਹਬ ਹੁੰਦੇ ਆ ਨਾ ਧਰਮ ਨੂੰ ਸਮਝਣ ਲਈ ਹੈਲਪ ਹੁੰਦੀ। ਧਰਮ ਜਿਹੜਾ ਨਾ ਸੰਸਾਰ ਦਾ ਇੱਕ ਹੈ, ਬਹੁਤ ਧਰਮ ਦਿਆ ਕੰਮ ਬਿਲ ਆਫ ਕ੍ਰੀਏਟਰ ਬਿਹੇਵੀਅਰ ਆਫ ਨੇਚਰ ਉਹ ਧਰਮ। ਪਰਮਾਤਮਾ ਨੂੰ ਵੀ ਧਰਮ 'ਚ ਵੰਡਦਾ ਤੁਹਾਡਾ ਕਹਿਣਾ? ਪਹਿਲਾਂ ਤਾਂ ਇਸ ਧਰਤੀ ਨੂੰ ਵੰਡਿਆ ਦੇਸ਼ਾਂ ਵਿੱਚ, ਫਿਰ ਇਹ ਸਾਰੇ ਦੇਸ਼ਾਂ ਨੇ ਮਿਲ ਕੇ ਸਿਰਜਣਹਾਰ ਨੂੰ ਵੰਡ ਦਿੱਤਾ। ਸਤਿ ਸ਼੍ਰੀ ਅਕਾਲ ਜੀ, ਡੇਲੀ ਪੋਸਟ ਪੰਜਾਬੀ ਤੁਸੀਂ ਵੇਖ ਰਹੇ ਹੋ ਅਤੇ ਮੈਂ ਹਾਂ ਗਗਨ ਸ਼ੁਕਲਾ। ਇਸ ਵੇਲੇ ਮੇਰੇ ਨਾਲ ਸ਼ਮਸ਼ੇਰ ਸਿੰਘ ਜੀ ਨੇ, ਫਾਊਂਡਰ ਮੈਂਬਰ ਨੇ ਪ੍ਰਭ ਆਸਰਾ ਦੇ। ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ, ਪ੍ਰਭ ਆਸਰਾ ਉਹ ਸੰਸਥਾ ਜਿਨ੍ਹਾਂ ਦਾ ਕੋਈ ਨਹੀਂ ਉਹਨਾਂ ਨੂੰ ਅਡਾਪਟ ਕੀਤਾ ਜਾਂਦਾ, ਉਹਨਾਂ ਨੂੰ ਸੰਭਾਲਿਆ ਜਾਂਦਾ, ਰੁਲਦੇ ਰੋਕਾਂ ਨੂੰ ਸੰਭਾਲਿਆ ਜਾਂਦਾ। ਦੇਸ਼ ਦੇ ਕਿਤੇ ਨਾਗਰਿਕ ਨੇ ਜਿਹੜੇ ਉਹਨਾਂ ਨੂੰ ਉਹਨਾਂ ਦੀਆਂ ਹੱਕਾਂ ਬਾਰੇ ਦੱਸਿਆ ਜਾਂਦਾ, ਉਹਨਾਂ ਦੇ ਫਾਊਂਡਰ ਮੈਂਬਰ ਨੇ ਸ਼ਮਸ਼ੇਰ ਸਿੰਘ ਜੀ, ਗੱਲਬਾਤ ਕਰਨ ਲਈ ਪਹੁੰਚੇ ਹਾਂ। ਸਰ ਬਹੁਤ ਸਵਾਗਤ ਹੈ ਡੇਲੀ ਪੋਸਟ 'ਤੇ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਸਮੂਹ ਸਰੋਤਿਆਂ ਨੂੰ ਮੇਰੇ ਆਪਣੀ ਸਤਿ ਸ਼੍ਰੀ ਅਕਾਲ। ਸ਼ਮਸ਼ੇਰ ਜੀ, ਪਹਿਲਾਂ ਤਾਂ ਮਾਨਵਤਾ ਦੀ ਭਲਾਈ ਦੇ ਕੰਮ ਕਰਦੇ ਹੋ, ਵਧਾਈ ਦੇ ਪਾਤਰੋਂ ਸਾਡੇ ਵੱਲੋਂ ਤੁਸੀਂ। ਸਭ ਤੋਂ ਪਹਿਲੀ ਗੱਲ ਤਾਂ ਮੈਂ ਇਹਨੂੰ ਥੋੜ੍ਹਾ ਜਿਹਾ ਆਪਣੇ ਜੋ ਮੇਰੀ ਦੁਨੀਆ ਦਾ ਸੱਚ ਹੈ ਮੈਂ ਦੱਸਣਾ ਚਾਹੁੰਦਾ। ਮੈਂ ਕਿਸੇ ਦੀ ਭਲਾਈ ਲਈ ਅੱਜ ਤੱਕ ਕੁਛ ਨਹੀਂ ਕੀਤਾ, ਸਿਰਫ ਆਪਣੀ ਭਲਾਈ ਲਈ ਕਰ ਰਿਹਾ, ਆਪਣੀ ਆਪਣੇ ਮਨ ਦੀ ਸ਼ਾਂਤੀ ਲਈ ਕਰ ਰਿਹਾ। ਜਿਹੜੀ ਮੇਰੇ ਅੰਦਰੋਂ ਆਵਾਜ਼ ਆ ਰਹੀ ਹੈ ਮੈਂ ਉਸ ਦੀ ਪਾਲਣਾ ਕਰਨ ਦੀ ਕੋਸ਼ਿਸ਼ ਕਰਦਾ। ਤੁਸੀਂ ਸ਼ਬਦ ਇਹਨੂੰ ਦੇ ਤਾ ਕਿਸੇ ਦੀ ਭਲਾਈ, ਮੈਂ ਕਹਿੰਦਾ ਮੈਂ ਆਪਣੀ ਭਲਾਈ ਲਈ ਕਰ ਰਿਹਾ। ਸਰ ਜੇ ਅੱਜ ਦੀ ਗੱਲ ਕੀਤੀ ਜਾਵੇ ਤਾਂ ਧਰਮ ਦੇ ਨਾਂ 'ਤੇ ਵੰਡੀਆਂ ਪਈਆਂ ਜਾ ਰਹੀਆਂ, ਤੁਸੀਂ ਸਿੱਖ ਹੋ ਗਏ, ਮੈਂ ਹਿੰਦੂ ਹੋ ਗਿਆ, ਮੁਸਲਮਾਨ ਹੋ ਗਏ, ਤਾਂ ਧਰਮ ਦੀ ਪਰਿਭਾਸ਼ਾ ਕੀ ਹੈ? ਥੋੜ੍ਹਾ ਦਰਸ਼ਕਾਂ ਨੂੰ ਦੱਸੋਗੇ? ਜਿੱਥੇ ਵੰਡੀਆਂ ਨਹੀਂ ਪਾਈ ਜਾਂਦੀਆਂ, ਜਿੱਥੇ ਇੱਕੋ ਦ੍ਰਿਸ਼ਟੀ ਹੋਵੇ ਨਾ ਉੱਥੇ ਧਰਮ ਹੁੰਦਾ ਹੈ, ਬਾਕੀ ਸਭ ਧਰਮ ਹੈ। ਫਿਰ ਸਰ ਇਹ ਕਿਉਂ ਹੋ ਰਿਹਾ, ਕਰਿਆ ਕਿਉਂ ਜਾ ਰਿਹਾ? ਇਹ ਜਾਂ ਤਾਂ ਸ਼ੈਤਾਨ ਲੋਕ ਹੈ ਜਾਂ ਭਟਕੇ ਹੋਏ ਲੋਕ ਹੈ, ਸਵਾਰਥੀ ਲੋਕ ਹੈ, ਭਟਕੇ ਹੋਏ ਲੋਕ ਹੈ ਜਿਹੜੇ ਵੰਡੀਆਂ ਪਾਉਂਦੇ ਹੈ। ਅਦਰਵਾਈਜ਼ ਇੱਕ ਤੋਂ ਆਏ ਹੈ ਸਾਰੇ, ਸਭ ਦਾ ਇੱਕੋ ਪਿਤਾ ਹੈ, ਸਭ ਦਾ ਸਾਂਝਾ ਬਾਪ ਇੱਕ ਹੈ। ਜੇਤੇ ਜੀ ਤੇਤੇ ਸਭ ਤੇਰੇ ਹੈ, ਏਕ ਪਿਤਾ ਇੱਕ ਸਕੇ ਹੰਬਾਰਿਕ ਹੈ, ਏਕ ਨੂਰ 'ਤੇ ਸਭ ਜਗ ਉਪਜਿਆ ਹੈ। ਇਹ ਰਿਐਲਿਟੀ ਹੈ, ਅਲਟੀਮੇਟ ਸੱਚ ਹੈ। ਧਰਮ ਹੁੰਦਾ ਇੱਕੋ, ਧਰਮ ਜਿਹੜਾ ਸੱਚ ਕੋਈ ਅਲਟੀਮੇਟ ਸੱਚ ਹੈ, ਸੱਚ ਇਹੀ ਹੈ ਕਿ ਅਸੀਂ ਸਭ ਇੱਕ ਤੋਂ ਆਏ ਹਾਂ, ਇੱਕੋ ਦ੍ਰਿਸ਼ਟੀ ਚਾਹੀਦੀ ਹੈ ਸਭ ਦੇ ਪ੍ਰਤੀ। ਜਿਹੜੇ ਬੰਦੇ ਸਾਨੂੰ ਵੰਡਦੇ ਆ ਇਹ ਫਿਰਕਾ ਪ੍ਰਸਤ ਸਵਾਰਥੀ ਲੋਕ, ਇਹ ਸਾਰੇ ਅਧਰਮੀ ਹੈ, ਸਾਰੇ ਸਵਾਰਥੀ ਹੈ, ਸਾਰੇ ਹੀ ਸਮਾਜ ਵਿਰੋਧੀ ਹੈ, ਇਹਨਾਂ ਤੋਂ ਬਚਣਾ ਚਾਹੀਦਾ। ਹਿੰਦੂ, ਸਿੱਖ, ਮੁਸਲਮਾਨ, ਈਸਾਈ, ਇਹਨਾਂ ਦੇ ਵਿੱਚ ਕੀ ਫਰਕ ਹੈ ਜੀ? ਬਸ ਇਸੇ ਗੱਲ ਨੂੰ ਸਿੱਖਣਾ ਹੈ ਕਿ ਇਹ ਜਿਹੜੇ ਨਾ ਲੇਬਲ ਲੱਗ ਗਏ ਨਾ ਸਾਰੇ, ਇਹ ਲੇਬਲ ਹੁਣ ਕੀ ਹੈ, ਪਾਕਿਸਤਾਨ ਕੀ ਹੈ, ਬੰਗਲਾਦੇਸ਼ ਕੀ ਹੈ, ਕੁਛ ਵੀ ਨਹੀਂ, ਉਹੀ ਧਰਤੀ ਹੈਗੀ। ਅਸੀਂ ਲਾਈਨਾਂ ਜੀ ਵਾਲੀਆਂ ਉਹਨੂੰ ਬੰਗਲਾਦੇਸ਼ ਕਹਿ ਦਿੱਤਾ, ਆਹ ਲਾਈਨ ਜੀ ਬਣਾਤੀ ਉਹਦੇ ਵਿੱਚ ਉਹਨੂੰ ਪਾਕਿਸਤਾਨ ਕਹਿ ਦਿੱਤਾ, ਕਿ ਉਹਨਾਂ ਦਾ ਸੂਰਜ ਵੱਖਰਾ ਹੈ, ਉਹਨਾਂ ਦੇ ਪੰਜ ਤੱਤ ਵੱਖਰੇ ਹੈ, ਚਾਰ ਤੱਤ ਕਹਿੰਦੇ, ਪੰਜ ਤੱਤ ਕਹਿੰਦੇ, ਜੋ ਵੀ ਉਹਨਾਂ ਦੀ ਹਵਾ ਵੱਖਰੀ ਹੈ। ਜੇ ਹਿੰਮਤ ਹੈਗੀ ਹਵਾ ਨੂੰ ਵੰਡ ਲਓ, ਜੇ ਵੰਡਣ 'ਤੇ ਤੁਸੀਂ ਆ ਗਏ ਤਾਂ ਫਿਰ ਤੁਸੀਂ ਸੂਰਜ ਨੂੰ ਵੰਡ ਕੇ ਦਿਖਾ ਦਿਓ, ਜੇ ਨਹੀਂ ਵੰਡ ਸਕਦੇ ਤਾਂ ਆਹ ਬੇਵਕੂਫੀ ਤੋਂ ਬਾਜ ਆ ਜਾਓ। ਫਿਰ ਇਹ ਵੰਡੀਆਂ ਪਾਈਆਂ ਕਿਹਨੇ ਜੀ? ਸਵਾਰਥੀ ਲੋਕਾਂ ਨੇ, ਭਟਕੇ ਹੋਏ ਲੋਕਾਂ ਨੇ। ਸਰ ਬੜੀ ਦੇਰ ਹੋ ਗਈ, ਕਾਫੀ ਦੇਰ ਤੋਂ ਸੁਧਾਰ ਵੱਲ ਅਸੀਂ ਕਿਉਂ ਨਹੀਂ ਵੱਧਦੇ? ਦੇਖਿਆ ਜਾਵੇ ਤਾਂ ਠੋਕਰ ਖਾਣ ਤੋਂ ਬਾਅਦ ਤਾਂ ਸਮਝਣਾ ਚਾਹੀਦਾ ਨਾ? ਆਹੋ, ਠੋਕਰ ਖਾਣ ਤੋਂ ਬਾਅਦ ਸਮਝਣਾ ਚਾਹੀਦਾ ਹੈ, ਇਸ ਦੇ ਪਿੱਛੇ ਬਹੁਤ ਵੱਡੀਆਂ ਸਵਾਰਥੀ ਤਾਕਤਾਂ ਹੈ, ਮਾਇਆ ਧਾਰੀ ਅਤ ਅੰਨਾ ਬੋਲਾ। ਹੁਣ ਮਾਇਆ ਦੀ ਡੈਫੀਨੇਸ਼ਨ ਜਿਹੜੀ ਹੈ ਨਾ, ਜਿਹਨੂੰ ਸੱਚ ਵਿਸਰ ਜਾਵੇ, ਜਿਹਦਾ ਭਾਉ ਮੀਨ ਪਿਆਰ ਸੱਚ ਤੋਂ ਬਿਨਾਂ ਕਿਸੇ ਹੋਰ ਚੀਜ਼ ਨਾਲ ਲੱਗ ਜਾਏ, ਉਹ ਮਾਇਆ ਹੁੰਦੀ ਹੈ। ਮਾਇਆ ਦਾ ਮਤਲਬ ਪੈਸਾ ਨਹੀਂ ਹੈਗਾ, ਮੈਂ ਫਿਰ ਰਿਪੀਟ ਕਰਦਾ, ਜਿੱਤ ਹਾਰ ਵਿਸਰਿਆ, ਜਿਹੜਾ ਸਿਰਜਣਹਾਰ ਨੂੰ ਵਿਸਰ ਕੇ, ਜਿਹੜਾ ਪਰਮ ਸੱਚ ਨੂੰ ਵਿਸਰ ਕੇ ਦੂਜੇ ਪਾਸੇ ਲੱਗ ਜਾਏ, ਗੱਦੀਆਂ ਬਚਾਉਣ ਲਈ ਲੱਗ ਜਾਵੇ ਅਤੇ ਆਪਣੀਆਂ ਪ੍ਰੋਪਰਟੀਆਂ ਬਣਾਉਣ ਲਈ ਲੱਗ ਜਾਵੇ, ਉਹ ਸਾਰਾ ਕੁਛ ਸਰੀਰ ਤੋਂ ਲੈ ਕੇ ਉਹਦੇ ਨਾਲ ਜੁੜੀਆਂ ਹੋਈਆਂ ਹਰ ਇੱਕ ਚੀਜ਼ਾਂ, ਰਿਸ਼ਤਿਆਂ ਨਾਲ ਜੁੜੀਆਂ ਹੋਈਆਂ, ਬਿਜ਼ਨਸ, ਹਰ ਇੱਕ ਚੀਜ਼ ਮਾਇਆ ਹੈ, ਜਿਹਦੇ ਵਿੱਚ ਇੱਕ ਸਮਦ੍ਰਿਸ਼ਟੀ ਤੋਂ ਇਲਾਵਾ ਹੋਰ ਕੁਛ ਆ ਗਿਆ, ਉਹ ਸਾਰੀ ਮਾਇਆ। ਜਦੋਂ ਮਾਇਆ ਦਾ ਪ੍ਰਭਾਵ ਵੱਧ ਜਾਂਦਾ ਹੈ ਨਾ, ਫਿਰ ਇਹ ਮਾਇਆਧਾਰੀ ਲੋਕ ਜਿਹੜੇ ਨਾ ਅੱਤ ਅੰਨੇ ਬੋਲੇ ਹੋ ਜਾਂਦੇ ਆ ਜੀ, ਅੰਨੇ ਬੋਲੇ ਨਹੀਂ ਹੁੰਦੇ, ਅੱਤ ਅੰਨੇ ਬੋਲੇ ਹੁੰਦੇ ਆ। ਇਹਨਾਂ ਨੂੰ ਦੇਖ ਕੇ ਵੀ ਸਮਝ ਨਹੀਂ ਲੱਗਦੀ ਕਿ ਨਹੀਂ ਯਾਰ, ਸਾਡਾ ਧਰਮ, ਸਾਡੀ ਡਿਊਟੀ, ਸਾਡਾ ਫਰਜ਼ ਕੁਛ ਬਣਦਾ ਹੈ। ਜੇ ਮੈਨੂੰ ਗੱਦੀ 'ਤੇ ਮੈਂ ਬੈਠਿਆ ਤਾਂ ਇਸ ਗੱਦੀ 'ਤੇ ਬੈਠਣ ਵਾਲੇ ਦੀ ਡਿਊਟੀ ਇਹ ਹੁੰਦੀ ਹੈ, ਇਹਦੇ ਫਰਜ਼ ਇਹ ਹੁੰਦੇ ਆ, ਮੈਂ ਜੋਬ ਨਾਲ ਜਸਟਿਸ ਕਰਨਾ ਹੈ, ਆਪਣੀ ਗੱਦੀ ਨਾਲ ਜਸਟਿਸ ਕਰਨਾ ਹੈ। ਇਸ ਗੱਦੀ 'ਤੇ ਅੱਜ ਤੱਕ ਕਿੰਨੇ ਹੀ ਲੋਕ ਬੈਠੇ ਆ, ਕਿੰਨੇ ਹੀ ਬੈਠ ਕੇ ਚਲੇ ਗਏ ਆ,
उहदे विच इह सब दुनिया आमण जाणिया है, आउण जाण लई दुनिया बनी हुई है जी। राणा राओ न कोर है, रंग न तुंग फकीर, वारी आपो अपनी कोई न बंदे तीर। इत्थे कोई नहीं रिहा अज तक। सिकंदर भी ये कहिंदा सी वी मैं नहीं जाणा हैगा, मैं सारी दुनिया ते राज करूँगा। तुहानू पता ही है हुण इहनू हिस्ट्री नू मन तो फोलण दी लोड़ नहीं। औरंगजेब कहन तां मैं की कर देना, मैं इस्लाम तो बिना कुछ छड़ना ही नहीं हैगा। तो की होया सी, पछता के मरे कि नहीं मरे? ये पछता के जिहड़े लोग मरे हैं, पछता के मर रहे हैं, पछता के मरते रहेंगे जिहड़े लोगों च वंडियां पाउंदे हैं। ये लोगों च वंडियां पाउण वाले लोग जिहड़े अपने आप नूं धर्मी खवाउंदे हैं, ये समाज विरोधी हैं, इन्हां तों बच के रहना चाहिए, इन्हां समझना चाहिए। शमशेर जी, हिंदू सिख मुसलमान तो उपर भी कोई चीज़ है? अगर वो चीज़ है तो की है, तो लोगों तक उस चीज़ को क्यों नहीं दिखाया जा रहा, दस्या क्यों नहीं जा रहा? दसण तो पहला उन्हें समझना पेगा। मैं थोड़ा कुछ ना मतलब गुर फलोसफी गुरबाणी की फलोसफी जी है, मैं वो बारे थोड़ा कुछ, क्योंकि उस वे ना पढ़ना पवित्र ग्रंथों को पढ़ लेना, पवित्र ग्रंथों को गा लेना, पवित्र ग्रंथों को सुन लेना, इनू धर्म समझ के बह गए जो कि धर्म की इतों शुरुआत ही नहीं होंगी। पढ़िए गुणिए नाम सब सुनिए, पढ़िया की है, गाया की है, सुनया की है, अनुभव भाव न दरसै, उन्होंने अनुभव नहीं किया। कहिंदे लोहा कंचन निहरन होए कैसे जो पारस न परसै, कहिंदे लोहे ने जे पारस नूं परसना ही नहीं हैगा सोना किदां बणूगा। मतलब असी स्वार्थी लोग बाणी पढ़ते हैं, त्रै गुण च पढ़ते हैं। हुण चलो फिलोसफी कुछ होर तरह की आ गई, शब्दावली कुछ होर तरह की आ गई, है ना, होर तरह की तो नहीं आई, आई तो सही है जी। मतलब असी अपने स्वार्थां लई पढ़ने बाणी नूं, ठीक है, तो असी परम सच नूं जानण दे लई, अनुभव करन दे लई, चज अते आचार सीखण दे लई पवित्र ग्रंथां नूं नहीं पढ़ते। इस करके साढ़े पल्ले वो ना चज रहा ते ना आचार रहा, गलियां असी चंगियां, आचारी बुरियां, करैक्टर करके असी बुरे हाँ, गल्लां करके असी चंगे हाँ। ये उस वेले हो रहा सी जो बहुत वड्डे पद्धर ते गुरु नानक देव जी दे वेले, वो चीज़ अज नहीं हो रही, सोच के देखो तुसीं, है ना। वो कहिंदे आ, कहिंदे हुक्म बुझे सो सेवक ही है, कहिंदे इहनूं बुझो, उस हुक्म नूं बुझो, सच नूं बुझो। कहिंदे बिन बुझे कर्म कमावणे जन्म पदार्थ खोए, तुसीं अपना जीवन ही खराब करके चले जाओगे। कहिंदे तुसीं एक ना परम अपनी मर्जी नाल तो दुनिया ते आए नहीं तुसीं, बिल्कुल। कहिंदे एक सिस्टम दे विच आए, एक हुक्म दे विच आए, हुक्म ही आया, हुक्म ना बुझे हुक्म सवारना हरा, है ना। हुण तुसीं गल करदे आ हिंदू मुसलमान सिख ईसाई बुद्ध जैन दी, ठीक है। वो कहिंदे कोई बोले राम राम, कोई खुदा है, कोई सेवे गुसैयां, कोई अल्लाह है, कारण कारण करी कृपा तार रही। वो कहिंदे कोई ना आवे तीर्थ, कोई हज जाए। हुण ध्यान नाल इहनूं समझण दी लोड़ है वी जो बोल रहे हैं ना, वो कि ऐं थोड़ा कह रहे हैं वो वड्डा है, वो छोटा है, या फलाना, इदां थोड़ा कह रहे हैं। कोई ना तीर्थ, कोई हज जाए, कोई करे पूजा, कोई सिरनवाए, कोई पढ़े वेद, कोई कतेब, कोई ओढ़े नील, कोई सफेद, कोई कहे तुरक, कोई कहे हिंदू, कोई बादशाह पिस्त, कोई सुरगिंदू, कौ नानक। हुण नानक अपना प्रिंसीपल दस रहे, कौ नानक जिन हुक्म पछाता, जिन्हें परम सच पछाण लिया, कौ नानक जिन हुक्म पछाता। प्रभ साहब का तीन भेद जाता, परम सच का भेद हो जान लैंदा है, परमात्मा का भेद हो जान लैंदा है। ये थोड़ा कहा उन्हें भी आह करने वाला नहीं जान सकता, आह करने वाला नहीं जान सकता, कहा कि उन्होंने नहीं कहा। तो फिर मतलब अज जिहड़ियां लड़ाइयां जिवें मतलब संसार इलैक्शन लड़ाउणी हुंदी है ना, इलैक्शन लड़नी हुंदी है, वो कहिंदा हिंदुइज़म फैला देना, वो कहिंदा इस्लाम फैला देना, वो कहिंदा सिखिज़म फैला देना, वो कहिंदा बुद्धिज़म फैला देना, वो कहिंदा क्रिश्चियनिटी फैला देनी। क्या है ये जनाब, रब का कोई धर्म है? वो जे बाप का धर्म नहीं, तू सांझा साहब बाप हमारा, जे मालिक साडा इक है, जे साडे बाप का धर्म की है? रब हिंदू है, रब की है, सिखो रब का धर्म है की है? जिहड़ा कि प्रकृति जिहड़ी है परमात्मा च वस्या होया है, सृष्टि दी, सृष्टि दे विच कुदरत दे विच बलहारी कुदरत वस्या, कुदरत दे विच इक्वैलिटी का प्रिंसीपल है, निडरता है, निर्वैरता है, कोई चेंज करके दिखाई देवे, इहनूं स्टडी करदा ना साइंटिस्ट, बिहेवियर नूं स्टडी करदा हर एक चीज़ दे, तो उहदे विच जो कुछ भी करदा ऑलरेडी एग्जिस्ट करदा है, सिर्फ उसनूं जानने की कोशिश कर रहा कुछ परसेंट, चेंज थोड़ा कर सकदा उहनूं। वेद ग्रंथां तो उपर भी है कुछ, कह इत्थे का मुक जांदा सारा कुछ? वेद ग्रंथ तो दस रहे हैं सब कुछ उपर है, वेद ग्रंथ उपर तो भाव की निकलता, पर साड़ी दुनिया तक वेद ग्रंथां तक ही खत्म हो जाती है? नहीं, वेद ग्रंथां तो शुरू होंदी है, वेद ग्रंथ संकेत दे रहे हैं परम सच दा। कहिंदे वेद बड़ा के जहां ते आया, ब्रह्मा बड़ा के जा सो पाया, कौ कबीर भले सवारा, वेद कतेब ते रहन डारा। ये वेद कतेब तो उपर है, वो धार्मिक ग्रंथां तो उपर है, सिरजनहार वो दृष्टमान अखर तो उपर है, दृष्टमान अखर है जेता नानक पार ब्रह्म निर्लेपा, बावन अखर लोक तरह सब किसी नहीं महाए, ये अखर खिर जाएंगे ओखरी में ना ही, साढ़े लिए बहुत ज्यादा सहायक है, बहुत ज्यादा हेल्पफुल है साढ़े लिए पवित्र ग्रंथ, सहायक है परम सच नूं जानण दे लिए, परम सच नूं समझण दे लिए, बुझण दे लिए। असी इंप्लीमेंट करन च देर कर गए, समझण च देर कर गए, इंप्लीमेंट तो बहुत, तुसीं तो बहुत जंप कर जांदे ना, इंप्लीमेंट तां करूंगे जे समझूंगे, असीं की समझे, असीं एक ओंकार नूं की समझे, ओंकार नूं की समझे असीं अज तक।
ओंकार एक और यह समझे असं अज तक जे असी समझे हों तो साढ़े अंदर ये तक सवाल ही नहीं पैदा होने। तो कहना कि धार्मिक जोड़े यागू ने धार्मिक जथेबंद वो प्रचार प्रसार नहीं कर सकी। प्रचार प्रसार तो दूर की गल है, धर्म का वास्तविक रूप समझने व्डे पद्धर से फेल होया हो सा समाज। धर्म है की है तौल धर्म दया का पूत पुछो तुम की चीज़ है असलीयत की है धर्म जोड़ा है ना वह असल असली रूप जो मैं कहना भी परम सच जोड़ा है ना एको धर्म दृढ़ है सच जो अल्टीमेट सच है। हूँ सच का की धर्म होंगे सिखो इस गल सिखो धर्म है की है फिर सिख भाई धर्म है की है जे बाप का धर्म नहीं है पुत्र का धर्म कितों आजगा वह तो धर्म ही है वह तो मजहब है असं मजहबा धर्म कही जाने असं मर्यादा मनु धर्म कही जाने मर्यादा ठीक है धर्म समझने लिए हेल्पफुल है बिल्कुल मैं उत्ती आने लगे सीगा मर्यादा तो कहा जाता कि मर्यादा के हिसाब न ही चलना चाहिए चाहे वह सिख धर्म की हो चाहे हिंदू धर्म की होवे पुरानी मर्यादा रीति रिवाज चल ही रहे। कृष्ण जी मर्यादा मुताब चले से गुरु तेग बहादुर गुरु नानक देव जी कि मर्यादा मुताब चले से गुरु तेग बहादुर साहब जिस वे जुलम हो रहा है उस वे भटके हुए लोग जोड़े है उस वे राजे जोड़े इंसानी तौर सच न बिल्कुल छिके टंके काम करते है ना तो उस वे उन्होंने जो नहीं हल होया गुरु अर्जन देव जी महाराज ने अध्यात्मिक एकता के आधार पर इलाही बाणी एकत्र करके उस सारी पीर फकीर मुस्लिम सब की बाणी जिन्होंने भी तुर तो आई है जिन्होंने भी परम सच का अनुभव होया वो इलाही बाणी एकत्र करके साडे कल्याण के लिए दी है पर मौके दी हुकूमतों ये चीज़ा सारिया नहीं सी चंगी लगदी ततियां तवियां ते बिठा दिता तो उस तो बाद गुरु हरगोबिंद पातशाह का वेला आया तो उस वेले की मर्यादा वक्री सी सबनों पता ही है उन्होंने कहा बिल्कुल तेरा भाणा है ना मिठा लग है तो उस वे बथेरा कहें रहे साइमी अमीर जी होने भी असं आ कर दी असं आ कर देंगे सानू एक बार हुक्म दो तो गुरु साहब कहें नहीं पाई ठीक है तो वह ततियां तवी पर बह के उन्होंने डायलॉग से बड़े आनंदमई वो तख्तों पर बैठ के तड़फते रहे पर गुरु हरगोबिंद पातशाह का वेला है वो कहें भाई लियाओ घोड़े लियाओ भी शस्त्र मर्यादा बदली नहीं है जी चीज़ बदलती नहीं है समय दिन मुताबिक तो फिर कह का मतलब है कि हूँ भी सानू चेंजिस की लड़ है बदलाव की लड़ है बदलाव बदले की जे असं बदलोंगे नहीं ना हूँ मैं फिर एक बेनती कर रहा बदलना जोड़ा होंगे ना वो प्रिंसीपल नहीं बदलना होंगे प्रिंसीपल की है प्रिंसीपल हैगा सच संतोख समदृष्टि दया प्रेम निडरता निर्वैरता यह प्रिंसीपल है ये नहीं बदलना शरीर थोड़ा बदलना कपड़े तो मौसम के हिसाब से बदलने ही है रुत्तों के हिसाब न हालातों के हिसाब से कपड़े तो बदलेंगे ही हूँ कपड़े बदलन के नाल मतलब फिर शरीर बदल जाता होंगे जे गुरु तेग बहादुर साहब न तेग चकनी पई है तेग बहादुर जिदे नाल उनका नाम पिया तो वह जुलम जिहड़ा सी औरंगजेब दे वेले वी तो जुलम उन्ना ही सी घट थोड़ा सी जुलम उस वेले तेग नहीं चकी उस वेले दी मर्यादा उन्होंने जिहड़ी मतलब आउटर फेस जिहनूं असीं कहीए वह तो बिल्कुल जिहनूं असीं मर्यादा जिहनूं असीं समझदे हां वह तो मर्यादा उस वेले दी गुरु तेग बहादुर साहब की होर सी फिर उत्थे तेगां चकियां उत्थे तेगां नहीं चकियां इहदा मतलब की होया भी गुरु गुरु तेग समय के हिसाब न जे तुम नहीं बदलोगे तो फिर तुम किसी का तो की सवारना अपना भी कुछ नहीं सवार पाओगे बदलना जिमें कपड़े बदल के शरीर नहीं बदलते ऐदा ही मर्यादावान बदल के परम सच जोड़ा है नहीं बदलता हों तो इस करके उ सच से गुरु तेग बहादुर साहब च उ समदृष्टि से उ निडरता से उ निर्वैरता से जिस वे तेग चक्की सी तो जिस वे चांदनी चौंक च शहीदी दी है उस वे भी उ सच से उ समदृष्टि से उ निडरता से उ निर्वैरता से मतलब इन्होंने सानू यह समझ की लड़ है अच्छ का बंदा बहुत ओपरे तल से मर्यादावान जड़िया हों सच न समझने हेल्पफुल होंगे पर मर्यादावान ही सच नहीं होंगे ये चीज़ साढ़े अंदर बैरीयर बनी हुई है बहुत वे पद्धर से नहीं सर जो देखा जाए कोई भी धर्म हो चाहे वह सिख धर्म है हिंदू धर्म है इस वेले धर्म के आस्था वड्डी है शब्द वड्डा है क्योंकि देखा जाए तो कई तरह के तर्कर कई तरह के हर एक बंदे अपने विचार होंगे कि भाई मेरी इस चीज़ ना आस्था हिंदू धर्म की गल करते हैं गंगा चनाने की आस्था है या सिख धर्म की श्री गुरु ग्रंथ साहब शब्द गुरु च आस्था है तो मतलब तुम किमें देखते हो सारे फीलिंग यह है जेकर उत्थे धर्म हिंदू है तो धर्म मुसलमान है तो धर्म सिख है तो धर्म फलाना है तो वह धर्म नहीं है ठीक है जे जे किसी बाउंड्री बनने हो ना हो फिर वह धर्म नहीं है वह मर्यादावान मजहब हो सकते हैं मजहब और धर्म इकट्ठा ना करो फर्क की है मजहब और धर्म एक ही तो शब्द है जो मजहब होंगे ना धर्म समझने लिए हेल्पफुल होंगे धर्म जोड़ा ना संसार का एक है तौल धर्म धर्म की परिभाषा की है दया का पूत विल ऑफ क्रिएटर बिहेवियर ऑफ नेचर
वह धर्म है, सृष्टि का धर्म कुदरत निभा रही है, कुदरत विल है क्रिएटर की। फील किवें करया जा सकदा? फील उहदे अनुकूल होकर गुणा नूं धारण करके, इक्वैलिटी का गुण है ना कुदरत च, तुहाडे अंदर इक्वैलिटी चाहिए है, उहदे अंदर निडरता ते निर्वैरता है ना, समदृष्टि है ना, सारा कुछ है, वह गुणा नूं धारण कर लो तुसीं। हुण अपने आले दुआले वाइब्रेशन सारे तरह दी हैगी आ, जो असीं उस फ्रीकुएंसी ते पहुँच गए लंडन दी बीबीसी लंडन ते उह साडे अंदर इनफॉर्मेशन आ जाणी, जे जलंधर वाली ते पहुँच गए असीं ਤੇ ਫਿਰ ਸਾਡੇ ਅੰਦਰ ਕਹਿੰਦੇ ਇਹ ਕਿੱਥੋਂ ਆ ਗਿਆ, ਕਹਿੰਦੇ ਹੁਣ ਤਾਂ ਲੰਡਨ ਚੱਲ ਰਿਹਾ ਸੀ ਹੁਣ ਜਲੰਧਰ ਚੱਲ ਗਿਆ ਫ੍ਰੀਕੁਐਂਸੀ। ਉਹ ਕਹਿੰਦਾ ਉਸ ਲੈਵਲ 'ਤੇ ਤੁਸੀਂ ਜਿਸ ਲੈਵਲ 'ਤੇ ਉਹ ਮੈਚ ਹੋ ਗਈ ਫ੍ਰੀਕੁਐਂਸੀ, ਉਹ ਕਹਿੰਦੇ ਉਹ ਤੁਹਾਡੇ ਅੰਦਰ ਆ ਗਈ, ਇਸ ਕਰਕੇ ਉਸ ਲੈਵਲ 'ਤੇ ਪਹੁੰਚ ਜਾਓ ਜਿਸ ਲੈਵਲ 'ਤੇ ਕੁਦਰਤ ਜਿਹੜੀ ਹੈਗੀ ਹੈ ਤੁਹਾਨੂੰ ਪਹੁੰਚਾਉਣਾ ਚਾਹੁੰਦੀ ਹੈ। ਉਹਨੇ ਕੀ ਕਿਹਾ, ਕਹਿੰਦੇ ਵਿਣ ਗੁਣ ਕੀਤੇ ਭਗਤ ਨਾ ਹੋਏ, ਹਰ ਕੇ ਗੁਣ ਹਰ ਭਾਵਦੇ ਇਸੇ ਗੁਰੂ 'ਤੇ ਪਾਏ। ਪਰਮੇਸ਼ਰ ਨੂੰ ਪਾਉਂਦਾ ਕਿ ਉਹਨੂੰ ਗੁਣ ਪਾਉਂਦੇ ਆ, ਹੋਰ ਕੀ ਕੀ ਫਿਲੋਸਫੀ ਕੀ ਹੈ ਧਰਮ ਦੀ? ਪਰਮਾਤਮਾ ਨੂੰ ਕਿਵੇਂ ਮਿਲਿਆ ਜਾ ਸਕਦਾ? ਜਿਹੜਾ ਮਿਲਣ ਦਾ ਇੱਕੋ ਇੱਕ ਤਰੀਕਾ ਹੈ, ਗੁਣ ਧਾਰਨ ਕਰਨੇ। ਮਿਲਣ ਤੋਂ ਭਾਵ ਕੀ ਹੈ? ਐਕਸਪੀਰੀਅੰਸ ਕਰਨਾ, ਪਰਮ ਸੱਚ ਦਾ ਅਨੁਭਵ ਕਰਨਾ, ਉਹ ਗੁਣ ਧਾਰਨ ਕਰਨੇ। ਨਾਨਕ ਔਗਣ ਜੇਤੜੇ ਤੇ ਤੇ ਗਲੀ ਜੰਜੀਰ, ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ। ਬਿਨ ਗੁਣ ਕੀਤੇ ਜਿਹੜਾ ਹੈ ਨਾ, ਉਹ ਤੁਹਾਡੇ ਅੰਦਰ ਮਤਲਬ ਕੋਈ ਕੋਈ ਵੀ ਚੀਜ਼ ਜਿਵੇਂ ਨਾ ਬਿਨਾਂ ਪਲੱਸ ਟੂ ਮੈਡੀਕਲ 'ਚ ਕਰਿਆ MBBS ਨਹੀਂ ਕਰ ਸਕਦੇ। ਇਸੇ ਤਰੀਕੇ ਨਾਲ ਜਿੰਨੀ ਦੇਰ ਤੱਕ ਤੁਹਾਡੇ ਅੰਦਰ ਸੱਚ ਨਹੀਂ ਹੈ, ਤੁਹਾਡੇ ਅੰਦਰ ਇਕੁਐਲਿਟੀ ਨਹੀਂ ਹੈ, ਸਮਦ੍ਰਿਸ਼ਟੀ ਨਹੀਂ ਹੈ, ਤੁਹਾਨੂੰ ਅਲੱਗ ਅਲੱਗ ਹੀ ਦਿਖੀ ਜਾ ਰਹੇ ਹੈ, ਫਿਰ ਯਾਰ ਇੱਕ ਓਂਕਾਰ ਕਹਿਣਾ ਤਾਂ ਛੱਡ ਦਿਓ ਨਾ, ਸਭ ਦਾ ਮਾਲਕ ਹੀ ਕਿਹ ਕਹਿਣਾ ਤਾਂ ਛੱਡ ਦਿਓ ਫਿਰ ਤੁਸੀਂ। ਜੇ ਤੁਸੀਂ ਹਿੰਦੂ ਮੁਸਲਿਮ ਸਿੱਖ ਈਸਾਈ ਬੋਧੀ ਜੈਨੀ ਹੋ ਕਹਿਣਾ ਹੈ, ਫਿਰ ਇਹ ਤਾਂ ਮੰਨ ਲਓ ਕਿ ਸਾਡਾ ਮਾਲਕ ਇੱਕ ਨਹੀਂ, ਇਹ ਤਾਂ ਮੰਨ ਲਓ ਦੋ ਗੱਲਾਂ ਇਕੱਠੀਆਂ ਕਰੀ ਜਾ ਰਹੇ ਹੈ। ਇੱਕ ਪਾਸੇ ਕਹੀ ਜਾਂਦੇ ਰੱਬ ਇੱਕ ਹੈ, ਇੱਕ ਪਾਸੇ ਕਹੀ ਜਾਂਦੇ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਬੋਧੀ ਹੈ, ਜੈਨੀ ਹੈ, ਈਸਾਈ ਹੈ, ਮਤਲਬ ਰੱਬ ਫਿਰ ਹਿੰਦੂ ਸਿੱਖ ਹੋ ਗਿਆ, ਬੋਧੀ ਜੈਨੀ ਈਸਾਈ ਹੋ ਗਿਆ ਰੱਬ, ਮਤਲਬ ਪਰਮਾਤਮਾ ਨੂੰ ਵੀ ਧਰਮਾਂ 'ਚ ਵੰਡਤਾ ਤੁਹਾਡਾ ਕਹਿਣਾ? ਭਟਕੇ ਹੋਏ ਲੋਕਾਂ ਨੇ ਨਾ ਪਹਿਲਾਂ ਤਾਂ ਇਸ ਧਰਤੀ ਨੂੰ ਵੰਡਿਆ ਦੇਸ਼ਾਂ ਵਿੱਚ, ਫਿਰ ਇਹ ਸਾਰੇ ਦੇਸ਼ਾਂ ਨੇ ਮਿਲ ਕੇ ਸਿਰਜਣਹਾਰ ਨੂੰ ਵੀ ਵੰਡ ਲਿਆ, ਵੰਡ ਲਿਆ ਨਾ, ਵਿਨਾਸ਼ ਵੱਲ ਵੱਧ ਰਹੇ। ਇਸ ਤੋਂ ਵੱਡਾ ਵਿਨਾਸ਼ ਹੋਰ ਕੀ ਹੈ? ਜਿਹੜਾ ਅੰਦਰਲਾ ਇਨਸਾਨ ਹੈ ਖਤਮ ਹੋ ਗਿਆ ਜਿਹੜਾ ਸਾਡੇ ਅੰਦਰ, ਸਾਡੇ ਅੰਦਰ ਜਿਹੜੀ ਇੱਕ ਜ਼ਮੀਰ ਹੈ, ਜਿਹੜੀ ਆਤਮਾ ਹੈ, ਜਿਹੜੀ 'ਚੋਂ ਆਵਾਜ਼ ਆਉਂਦੀ ਸਾਨੂੰ ਹੈ ਨਾ, ਉਹ ਬੁਰੀ ਤਰ੍ਹਾਂ ਅਸੀਂ ਨਾ ਇਹਨਾਂ ਦੇ ਬੈਰੀਅਰ ਜਿਹੜੇ ਬਣਾ ਲਏ ਅਸੀਂ, ਵਿਕਾਰਾਂ ਦੇ ਬੈਰੀਅਰ, ਕੂੜ ਦੀ ਪਾਲ ਕਿੱਦਾਂ ਟੁੱਟਦੀ ਹੈ? ਸਚਿਆਰ ਬਣਨਾ ਪੈਂਦਾ, ਕਿ ਸਚਿਆਰ ਹੋਈਏ ਕਿ ਕੂੜੇ ਟੁੱਟਿਆ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਅੰਦਰੋਂ ਆਵਾਜ਼ ਆਉਂਦੀ ਹੈ ਪਰ ਅੰਦਰਲੀ ਆਵਾਜ਼ ਸੁਣਦੇ ਨਹੀਂ ਹੈਗੇ। ਇਹਦੇ ਲਈ ਕਰਨਾ ਕੀ ਪਊਗਾ? ਕਹਿੰਦੇ ਜਿੰਨੇ ਵੀ ਨਾ ਸਾਡੇ ਧਾਰਮਿਕ ਪ੍ਰਚਾਰਕ ਪੰਡਿਤ ਮੁੱਲਾਂ, ਸਾਡੇ ਦਊ ਹਮਰਾ ਝਗੜਾ ਰਾਹ ਨਾ ਕਹੋ, ਜਿੰਨੇ ਇਹ ਸਾਨੂੰ ਧਰਮ ਪੜ੍ਹਾਉਣ ਵਾਲੇ ਹੈ ਨਾ, ਇਹਨਾਂ ਦੀਆਂ ਗੱਲਾਂ ਛੱਡ ਦਿਉ, ਪਵਿੱਤਰ ਗ੍ਰੰਥਾਂ ਨੂੰ ਆਪ ਵਿਚਾਰ ਲਓ, ਗੁਰਬਾਣੀ ਨੂੰ ਵਿਚਾਰ ਲਿਓ, ਗੀਤਾ ਨੂੰ ਵਿਚਾਰ ਲਿਓ, ਵੇਦਾਂ ਨੂੰ ਵਿਚਾਰ ਲਿਓ, ਤੁਹਾਡੇ ਝਗੜੇ ਖਤਮ ਹੋ ਜਾਣਗੇ। ਔਰ ਜੇ ਤੁਸੀਂ ਇਹਨਾਂ ਨੂੰ ਨਹੀਂ ਵਿਚਾਰੋਗੇ, ਪੁਜਾਰੀਆਂ ਦੇ ਪਿੱਛੇ ਜਾਊਂਗੇ, ਪੁਜਾਰੀਆਂ ਨੇ ਤਾਂ ਪਵਿੱਤਰ ਗ੍ਰੰਥ ਵੀ ਚੱਕਦੇ ਅੱਜ ਕੱਲ੍ਹ, ਸਮਝ ਗਏ? ਔਰ ਸੱਚ ਕੀ ਹੈ ਸ਼ਮਸ਼ੀਰ ਜੀ? ਜਿਹੜਾ ਸੱਚ ਹੈ ਨਾ, ਸੱਚ ਨੂੰ ਉਹ ਹੈ ਜਿਹਦੇ ਵਿੱਚ ਕੋਈ ਵੀ ਬਗਾਨਾ ਨਹੀਂ ਦਿਖਦਾ, ਉਹ ਸੱਚ ਹੈ। ਜੇ ਸਾਨੂੰ ਕੋਈ ਦੂਜਾ ਦਿਖ ਰਿਹਾ ਹੈ ਨਾ, ਇਹ ਝੂਠ ਹੈ। ਜਦੋਂ ਵੀ ਦੂਜਾ ਆ ਗਿਆ ਉਹ ਝੂਠ ਹੈ। ਤਾਂ ਹੀ ਤਾਂ ਓਂਕਾਰ ਦੇ ਅੱਗੇ ਇੱਕ ਲਾਇਆ, ਇੱਕ ਓਂਕਾਰ, ਓਂਕਾਰ ਇੱਕੋ ਰਵ ਰਿਹਾ। ਜੇ ਇੱਕ ਤੋਂ ਬਿਨਾਂ ਕੋਈ ਦੂਜਾ ਦਿਖ ਰਿਹਾ, ਬਸ ਸਮਝ ਲਓ ਅਸੀਂ ਗਲਤ ਮਾਰਗ 'ਤੇ ਪੈ ਗਏ। ਸਰ ਫਿਰ ਇਹ ਚੀਜ਼ ਦਾ ਗਿਆਨ ਜਾਂ ਕਿਤੇ ਨਾ ਕਿਤੇ ਸਾਡੇ ਲੋਕਾਂ ਨੂੰ ਇਸ ਚੀਜ਼ ਦੀ ਕਮੀ ਤਾਂ ਹੈਗੀ ਹੈ, ਕਿਉਂਕਿ ਸਾਨੂੰ ਤਾਂ ਸਿਆਸਤਦਾਨਾਂ ਨੇ ਵੰਡਤਾ, ਪਾਰਟੀ ਹਿੰਦੂ ਮੁਸਲਿਮ ਸਿੱਖ ਈਸਾਈ ਹਰ ਇੱਕ ਚੀਜ਼ਾਂ ਨੂੰ ਰਾਜਨੀਤਿਕ ਲੋਕਾਂ ਨੇ ਆਪਣੇ ਹਿਸਾਬ ਦੇ ਨਾਲ ਵੰਡਤਾ, ਫਿਰ ਉਹ ਰਾਜ ਕਰਨ ਦੇ ਲਈ, ਆਪਣੇ ਸਵਾਰਥੀ ਹਿੱਤਾਂ ਦੇ ਲਈ, ਧਰਮ ਨੂੰ ਸਵਾਰਥੀ ਹਿੱਤਾਂ ਲਈ ਵਰਤਿਆ ਜਾ ਰਿਹਾ। ਰਾਜ ਭਾਵੇਂ ਸੰਵਿਧਾਨ 'ਚ ਵੀ ਲਿਖਿਆ ਹੋਇਆ ਕਿ ਤੁਸੀਂ ਧਰਮ ਦਾ, ਜਿਹੜਾ ਰਾਜਾ ਧਰਮ ਦੇ ਨਾਂ 'ਤੇ ਇਹ ਨਹੀਂ ਕਰ ਸਕਦਾ ਵੀ ਧਰਮ ਦਾ ਨਾਮ ਜਾਂ ਕੁਛ ਵੀ, ਸਾਡਾ ਸੰਵਿਧਾਨ ਬੜਾ ਕਲੀਅਰ ਹੈ ਇਹਦੇ ਵਿੱਚ, ਪਰ ਅੱਜ ਤਾਂ ਧਰਮ ਦੇ ਨਾਂ 'ਤੇ ਵੋਟਾਂ ਮੰਗੀਆਂ ਜਾਂਦੀਆਂ। ਪੰਥ ਨੂੰ ਖਤਰਾ ਹੋ ਗਿਆ, ਉਹ ਕਹਿੰਦੇ ਹਿੰਦੂਇਜ਼ਮ ਨੂੰ ਖਤਰਾ ਹੋ ਗਿਆ, ਉਹ ਕਹਿੰਦੇ ਫਲਾਣੇ ਨੂੰ ਖਤਰਾ ਹੋ ਗਿਆ, ਮਤਲਬ ਜਿਹੜਾ ਕਿ ਸੰਵਿਧਾਨ ਦੇ ਰਖਵਾਲੇ, ਜਿਹੜੇ ਸੰਵਿਧਾਨ ਦੀਆਂ ਕਸਮਾਂ ਖਾਣ ਵਾਲੇ ਸੰਵਿਧਾਨ ਨੂੰ ਛਿੱਕੇ ਟੰਗੀ ਜਾਂਦੇ ਆ। ਅਤੇ ਇਸ ਕਰਕੇ ਸਵਾਰਥੀ ਲੋਕ ਜਿਹੜੇ ਆ ਨਾ, ਇਹਨਾਂ ਨੇ ਸਾਡਾ ਵੱਡਾ ਫਿਰਕਾ ਪ੍ਰਸਤ ਲੋਕਾਂ ਨੇ ਬੜਾ ਨੁਕਸਾਨ ਕੀਤਾ। ਸੱਤਾ ਤੇ ਬੈਠ ਕੇ ਬੁੱਧੀ ਭ੍ਰਿਸ਼ਟ ਹੁੰਦੀ ਹੈ। ਨਹੀਂ ਨਹੀਂ, ਇਹ ਬੁੱਧੀ ਭ੍ਰਿਸ਼ਟ ਜਿਹਨਾਂ ਦੀ ਹੋਈ ਵੀ ਉਹਨੂੰ ਸੱਤਾ ਦੇਤੀ, ਬਸ ਐਸੀ ਕੋਈ ਚੀਜ਼ ਜਿਹੜੀ ਬੁੱਧੀ ਭ੍ਰਿਸ਼ਟ ਕਰੇ, ਬੁੱਧੀ ਭ੍ਰਿਸ਼ਟ ਕਰਨੀ ਹੈ ਸਵਾਰਥ ਨੇ, ਲਾਲਚ ਨੇ, ਅਤੇ ਉਹ ਲਾਲਚੀ ਲੋਕਾਂ ਨੂੰ ਮਤਲਬ ਉਹਨਾਂ ਨੂੰ ਪਹਿਰਾਵਾ ਜਿਵੇਂ ਹੁੰਦਾ ਨਾ, ਵੀ ਜਿਹੜਾ ਇੱਕ ਧਰਮ ਦੀ ਇੰਡੀਕੇਸ਼ਨ ਜੀ ਹੁੰਦੀ ਹੈ, ਧਰਮ ਦਾ ਪਹਿਰਾਵਾ ਹੁੰਦਾ ਹੈ ਨਾ, ਜਿਹਦੇ ਜਿਸ ਜਿਸ ਪਹਿਰਾਵੇ 'ਚ ਰਹਿ ਕੇ ਉਹਨਾਂ ਮਹਾਨ ਪੁਰਸ਼ਾਂ ਨੇ ਸਮਾਜ ਦੇ ਕਲਿਆਣ ਦੇ ਲਈ ਜਿਹੜੀਆਂ ਵੰਡੀਆਂ ਪਾਉਂਦੀ ਚੀਜ਼ ਨਾ, ਉਹ ਧਰਮ ਦੀ ਦੁਸ਼ਮਣ ਹੈ ਜਿਹੜੀ ਵੰਡੀਆਂ ਪਾਉਂਦੀ ਹੈ।
ਤੁਸੀਂ ਸੁਣਿਆ ਵੀ ਰੱਬ ਮੁਸਲਮਾਨ ਹੈ, ਰੱਬ ਹਿੰਦੂ ਹੈ, ਰੱਬ ਸਿੱਖ? ਸੁਣਿਆ ਤੇ ਫਿਰ ਕਿੱਥੋਂ ਆ ਗਏ ਸਾਰੇ, ਕਹਾਂ ਤੇ ਆ ਗਏ? ਕਹਿੰਦੇ ਆ ਕਿ ਸੱਤਾ ਬੰਦੇ ਨੂੰ ਨਸ਼ੇ 'ਚ ਚੂਰ ਕਰ ਦਿੰਦੀ ਹੈ, ਬੰਦਾ ਗਲਤ ਕਦਮ ਚੱਕਦਾ। ਉਹ ਨਾ ਅਸਲ 'ਚ ਪਹਿਲਾਂ ਹੀ ਚੂਰ ਹੋਏ ਵੇ ਹੁੰਦੇ ਆ, ਇਸ ਕਰਕੇ ਸੱਤਾ ਵਿੱਚ ਆਏ ਵੇ ਹੁੰਦੇ ਆ। ਸੱਤਾ ਵਿੱਚ ਆ ਕੇ ਉਹਨਾਂ ਨੂੰ ਉਹ ਚੀਜ਼ ਪ੍ਰਗਟ ਹੋ ਜਾਂਦੀ ਹੈ, ਕਿਉਂਕਿ ਉਹਨਾਂ ਕੋਲ ਪਾਵਰ ਪਹਿਲਾਂ ਹੁੰਦੀ ਨਹੀਂ ਲੁੱਟਣ ਦੀ, ਅਤੇ ਜਦੋਂ ਪਾਵਰ ਮਿਲ ਗਈ, ਇਹਦਾ ਮਤਲਬ ਡਿਜ਼ਾਇਰ ਇਜ਼ ਦੇਅਰ, ਡਿਜ਼ਾਇਰ ਹੈਗੀ ਹੈ, ਅਤੇ ਉਹਨਾਂ ਨੂੰ ਜਦੋਂ ਮੌਕਾ ਮਿਲਿਆ ਅਤੇ ਉਹਨਾਂ ਨੇ ਆਪਣੀ ਇੱਛਾ ਮੁਤਾਬਕ ਕੰਮ ਕਰਤਾ, ਪ੍ਰਗਟ ਹੋ ਗਏ ਉਹ। ਕੁਛ ਲੋਕ ਹੁੰਦੇ ਆ, ਜ਼ਿਆਦਾਤਰ ਹੁੰਦੇ ਆ, ਨਹੀਂ ਸਾਰੇ ਹੁੰਦੇ ਆ। ਤੁਸੀਂ ਐਗਜ਼ਾਮਪਲ ਦੇ ਕੇ ਦਿਖਾ ਦਿਓ ਮੈਨੂੰ। ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਬਿਠਾਇਆ ਹੋਵੇ, ਤਖ਼ਤ 'ਤੇ ਬਿਠਾ ਤਾ, ਕੀ ਹੋਇਆ ਸੀ? ਬੁੱਧੀ ਭ੍ਰਿਸ਼ਟ ਹੋ ਗਈ ਸੀ। ਏਡੀ ਵੱਡੀ ਪਾਵਰ, ਅਤੇ ਜਿਨ੍ਹਾਂ ਦੇ ਕਹਿਣ 'ਤੇ, ਮਤਲਬ ਕਹਿ ਲਓ ਵੀ ਉਸ ਵੇਲੇ ਦੀ ਵੱਡੀ ਗਿਣਤੀ ਦੇ ਵਿੱਚ, ਤੁਹਾਨੂੰ ਪਤਾ ਹੀ ਹੈ, ਗੁਰੂ ਅਰਜਨ ਦੇਵ ਜੀ ਤੋਂ ਬਾਅਦ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਬੈਠੇ ਹੈ, ਅਤੇ ਨੂਰਜਹਾਂ ਅਤੇ ਸ਼ਾਹ ਜਿਹੜਾ ਹੈਗਾ ਸੀ ਜਹਾਂਗੀਰ, ਦਰਸ਼ਨ ਕਰਨ ਵਾਸਤੇ ਮਤਲਬ ਗੁਰੂ ਸਾਹਿਬ ਦੇ ਉੱਥੇ ਆਏ ਸੀ, ਹੈ ਨਾ, ਉਹਨਾਂ ਨੇ ਵੀ ਸਵਾਲ ਜਿਹੜੇ ਕੀਤੇ ਸੀ ਕੁਛ, ਹੈ ਨਾ, ਵੀ ਤੁਹਾਨੂੰ ਤੁਸੀਂ ਕਿਸ ਤਰੀਕੇ ਨਾਲ ਬੈਲੈਂਸ ਜਾਂ ਕਿਸ ਤਰੀਕੇ ਨਾਲ, ਹੈ ਨਾ, ਇਸ ਅਵਸਥਾ ਦੇ ਵਿੱਚ। ਤੁਹਾਨੂੰ ਪਤਾ ਹੀ ਇਤਿਹਾਸ ਦੇ ਵਿੱਚ ਬੜਾ ਕੁਛ ਗੁਰੂ ਸਾਹਿਬ ਦਾ, ਫਿਰ ਉਹ ਇਤਿਹਾਸ ਹੈ ਜਿਹਦੇ ਵਿੱਚ ਉਹਨਾਂ ਨੇ ਇੱਕ ਐਗਜ਼ਾਮਪਲ ਦੇ ਕੇ ਕਿਹਾ ਸੀ ਵੀ ਲੈ ਠੀਕ ਹੈ, ਨਹੀਂ ਹੋਣਾ ਚਾਹੀਦਾ, ਅਤੇ ਉਹਨੇ ਦੇਖ ਲਿਆ ਵੀ ਤੁਹਾਡਾ ਧਿਆਨ ਵੀ ਹੋਰ ਪਾਸੇ ਧਿਆਨ ਜਾ ਹੀ ਨਹੀਂ ਰਿਹਾ, ਸਭ ਦੇ ਵਿੱਚ ਇੱਕੋ ਜੋਤ ਦਿਖ ਰਹੀ ਹੈ। ਗੁਰੂ ਗੋਬਿੰਦ ਸਿੰਘ ਜੀ ਨੂੰ ਪੜ੍ਹ ਕੇ ਦੇਖਿਓ, ਪਹਿਲੀ ਗੱਲ ਤਾਂ ਗੁਰੂ ਗ੍ਰੰਥ ਸਾਹਿਬ 'ਚ ਬੜਾ ਕੁਛ ਕਲੀਅਰ ਕਰਤਾ ਵੀ ਜਿਹੜਾ ਬੰਦਾ ਵੀ ਵੰਡਦਾ ਹੈ ਨਾ, ਉਹ ਬੰਦਾ ਇਨਸਾਨੀਅਤ ਦਾ ਦੁਸ਼ਮਣ ਹੈ, ਧਰਮ ਦਾ ਦੁਸ਼ਮਣ ਹੈ ਉਹ, ਸੱਚ ਦਾ, ਜਿਹੜਾ ਵੰਡੀਆਂ ਪਾਉਂਦਾ। ਧਰਮ ਕਿਤੇ ਵੀ ਵੰਡੀ ਨਹੀਂ ਪਾਉਂਦਾ। ਤੁਸੀਂ ਫਿਰ ਕਹੀ ਜਾਂਦੇ ਆ ਨਾ ਬਾਰ ਬਾਰ ਕਿ ਧਰਮ ਫਲਾਣਾ ਹੈ, ਧਰਮ ਫਲਾਣਾ, ਉਹ ਨਹੀਂ ਹੈਗਾ ਧਰਮ ਫਲਾਣਾ, ਜੇ ਫਲਾਣਾ ਹੀ ਉਹ ਧਰਮ ਨਹੀਂ ਹੈਗਾ, ਠੀਕ ਹੈ। ਜੇ ਕਹੀਏ ਮੇਰਾ ਭਗਵਾਨ, ਕਹਿੰਦਾ ਜੇ ਭਗਵਾਨ ਤੇਰਾ ਹੈ ਫਿਰ ਉਹ ਭਗਵਾਨ ਨਹੀਂ ਹੈਗਾ, ਜੇ ਧਰਮ ਤੇਰਾ ਹੈ ਨਾ ਵੀ ਮੇਰਾ ਧਰਮ ਫਲਾਣਾ ਹੈ, ਕਹਿੰਦਾ ਫਿਰ ਇਹ ਧਰਮ ਨਹੀਂ ਹੈਗਾ, ਭਗਵਾਨ ਸ਼ਬਦ ਹੈ। ਹਾਂ, ਜਿਹੜਾ ਸ਼ਬਦ ਹੈ ਉਹੀ ਭਗਵਾਨ ਹੈ, ਜਿਹੜਾ ਸਰਬ ਸਾਂਝਾ ਹੈ ਚੀਜ਼ ਉਹੀ ਧਰਮ ਹੈ। ਸ਼ਮਸ਼ੇਰ ਜੀ, ਇੱਕ ਲਾਈਨ 'ਚ ਕਿਵੇਂ ਆਵਾਂਗੇ ਫਿਰ? ਇਕਾਗਰਤਾ ਕਿਵੇਂ ਹੋਊਗੀ, ਇਕਜੁੱਟਤਾ ਕਿਵੇਂ ਹੋਊਗੀ? ਅਸੀਂ ਤਾਂ ਵੰਡੇ ਪਏ ਹਾਂ, ਇੰਨੀ ਵੱਡੇ ਪੱਧਰ 'ਤੇ ਵੰਡੇ ਪਏ ਹਾਂ ਕਿ ਭਾਈ ਭਾਈ, ਮਾਂ ਬਾਪ ਇੱਕ ਦੂਜੇ ਦੇ ਵੈਰੀ ਹੋਏ ਹੋਏ ਅਸੀਂ। ਉਹ ਸਵਾਰਥ ਫਿਰ ਉਹਨਾਂ ਉਹ ਚੀਜ਼ਾਂ ਅੱਗੇ ਫਿਰ ਹਰ ਫੇਸ ਦੇ ਵਿੱਚ ਰਿਫਲੈਕਟ ਹੁੰਦੀਆਂ ਹੈ। ਜਿਵੇਂ ਕੋਈ ਵੀ ਚੀਜ਼ ਹੈ ਨਾ, ਬੰਦੇ ਦੀ ਪਰਸਨੈਲਿਟੀ ਜਿਹੜੀ ਹੈ ਨਾ, ਫਿਰ ਉਸ ਤਰੀਕੇ ਨਾਲ ਜਿਸ ਤਰ੍ਹਾਂ ਦਾ ਬਿਲੀਵ ਸਿਸਟਮ ਹੁੰਦਾ, ਫਿਰ ਇੱਦਾਂ ਦਾ ਐਟੀਟਿਊਡ ਹੁੰਦਾ, ਜਿਹੋ ਜਿਹਾ ਸਾਡਾ ਵਿਸ਼ਵਾਸ ਹੈ, ਸਾਡਾ ਦ੍ਰਿਸ਼ਟੀਕੋਣ ਹੈ, ਜਿਹੋ ਜਿਹਾ ਸਾਡਾ ਦ੍ਰਿਸ਼ਟੀਕੋਣ ਹੈ, ਉਹੋ ਜਿਹੀ ਸਿਚੁਏਸ਼ਨ ਨੂੰ ਰਿਸਪੋਂਡ ਅਸੀਂ ਉੱਦਾਂ ਕਰਨਾ ਹੈ, ਜਿਵੇਂ ਸਾਡਾ ਦ੍ਰਿਸ਼ਟੀਕੋਣ ਹੈ, ਔਰ ਜਿਵੇਂ ਸਾਡਾ ਦ੍ਰਿਸ਼ਟੀਕੋਣ ਹੈ ਉਹੋ ਜਿਹਾ ਅਸੀਂ ਸਿਚੁਏਸ਼ਨ ਨੂੰ ਮੀਨਿੰਗ ਦੇਣਾ ਹੈ, ਫਿਰ ਜਿਹੋ ਜਿਹੇ ਅਸੀਂ ਮੀਨਿੰਗ ਦੇਤੇ ਫਿਰ ਉਹੋ ਜਿਹੇ ਵਿਚਾਰ ਨਿਕਲਣੇ ਆ, ਜਿਹੋ ਜਿਹੇ ਵਿਚਾਰ ਨਿਕਲਣੇ ਉਹੋ ਜਿਹੇ ਅਸੀਂ ਐਕਸ਼ਨ ਕਰਨੇ ਆ, ਜਿਹੋ ਜਿਹੇ ਐਕਸ਼ਨ ਕਰਨੇ ਉਹੋ ਜਿਹੇ ਕੋਨਸੀਕੁਐਂਸ ਹੋਣੇ ਆ ਜੋ ਸਾਡੇ ਸਮਾਜ 'ਚ ਅੱਜ ਹੋ ਗਏ। ਇੱਕ ਪਾਸੇ ਬੰਦਾ ਕੀ ਕਰਦਾ, ਲੰਡਨ 'ਤੇ ਜਾ ਕੇ ਜਾਂ ਬਾਹਰ 'ਤੇ ਜਾ ਕੇ ਜਹਾਜ਼ ਦੇ ਵਿੱਚ ਆਪਣੇ ਜੁੱਤੇ ਖਰੀਦ ਕੇ ਲਿਆਉਂਦਾ ਅਤੇ ਕੱਪੜੇ ਖਰੀਦ ਕੇ ਲਿਆਉਂਦਾ, ਦੂਜਾ ਬੰਦਾ ਵਿਚਾਰਾ ਇਲਾਜ ਬਿਨਾਂ ਤੜਫ ਤੜਫ ਕੇ ਮਰ ਜਾਂਦਾ। ਇੰਨਾ ਇੰਬੈਲੈਂਸ ਲੋਕਤੰਤਰ 'ਚ, ਇਹਨੂੰ ਲੋਕਤੰਤਰ ਕਿੱਦਾਂ ਕਹਿ ਦੂੰਗੇ ਤੁਸੀਂ, ਠੀਕ ਹੈ? ਇਹਦੇ ਵਿੱਚ ਜਿਵੇਂ ਨਾ, ਇੱਕ ਵਾਰ ਇੱਕ ਰਾਜਾ ਬਹੁਤ ਮਤਲਬ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਬਹੁਤ ਸਹੀ ਹਾਂ, ਬਹੁਤ ਠੀਕ ਹਾਂ, ਬੜਾ ਗੁੱਡ ਫੀਲ ਕਰ ਰਿਹਾ ਸੀ। ਕਹਿੰਦਾ ਯਾਰ ਮੈਨੂੰ ਬੰਦਾ ਵੀ ਫਿਰ ਬਹੁਤ ਵਧੀਆ ਚਾਹੀਦਾ, ਅਤੇ ਕਹਿੰਦਾ ਮੈਂ ਮਤਲਬ ਉਹਨੂੰ ਜਿਹੜਾ ਕਿ ਇਨਸਾਫ ਕਰ ਸਕੇ ਮੇਰੇ ਰਾਜ ਦੇ ਵਿੱਚ। ਚਲੋ, ਉਹਨਾਂ ਨੇ ਦੇਖਿਆ ਅਤੇ ਇੱਕ ਸਿਲੈਕਟ ਕੀਤਾ ਬੰਦਾ, ਅਤੇ ਉਹਨੂੰ ਉੱਥੇ ਮਤਲਬ ਇੱਕ ਜੱਜ ਦੀ ਪੋਸਟ 'ਤੇ ਲਗਾ ਦਿੱਤਾ, ਹੈ ਨਾ, ਵੀ ਤੂੰ ਚਲੋ ਡਿਸੀਜਨ ਤੂੰ ਦੇਣੇ, ਹੈ ਨਾ, ਤੇਰੇ ਕੋਲ ਸਾਰੀ ਜਿਹੜੀ ਪ੍ਰੋਬਲਮ ਜਾਣਗੀਆਂ। ਹੁਣ ਉਹਦੇ ਵਿੱਚ ਇੱਕ ਪਾਸੇ ਲਾਈਕ ਚੋਰੀ ਹੋਈ ਇਲਾਕੇ ਦੇ ਵਿੱਚ, ਇੱਕ ਬੰਦਾ ਸੀ ਵਿਚਾਰਾ, ਉਸ ਬੰਦੇ ਕੋਲ ਖਾਣ ਨੂੰ ਕੋਈ ਚੀਜ਼ ਨਾ, ਉਹ ਇਹੋ ਜਿਹਾ ਹਾਲਾਤਾਂ ਦਾ ਸਤਾਇਆ ਹੋਇਆ, ਅਤੇ ਉਹਨੇ ਜਿਹੜੇ ਇੱਕ ਸ਼ਾਹੂਕਾਰ ਦੇ ਗਡਾਊਨ ਸੀ ਨਾ, ਜਿਹਦੇ ਵਿੱਚ ਉਹਨੇ ਮਾਲ ਸਟੋਰ ਕੀਤਾ ਹੋਇਆ ਸੀ, ਉਹਨੇ ਉਹਨੂੰ ਤੋੜ ਕੇ ਉਹਦੇ ਵਿੱਚੋਂ ਮਾਲ ਚੋਰੀ ਕਰ ਲਿਆ ਜੀ। ਉਹਦੀ ਰਿਪੋਰਟ ਚਲੀ ਗਈ ਹੁਣ ਉਸ ਜੱਜ ਕੋਲ ਜਿਹੜਾ ਰਾਜੇ ਨੇ ਲਾਇਆ, ਅਤੇ ਉਹਨੇ ਆਪ ਹੀ ਜਾਂਦੇ ਨੇ ਮੰਨ ਲਿਆ, ਕਹਿੰਦਾ ਜੀ ਚੋਰੀ ਮੈਂ ਕੀਤੀ ਹੈ। ਅਤੇ ਉਹ ਜਿਹੜਾ ਸ਼ਾਹੂਕਾਰ ਸੀ ਜਿਹਨੇ ਗਡਾਊਨ ਬਣਾਏ ਹੋਏ ਸੀ ਆਪਣੇ ਵੱਡੇ ਵੱਡੇ, ਉਹ ਬੜਾ ਖੁਸ਼ ਹੋ ਗਿਆ ਵੀ ਹਾਂ ਇਹਨੇ ਮੰਨ ਲਿਆ, ਅਤੇ ਹੁਣ ਜਿਹੜਾ ਇੰਨੀ ਚੋਰੀ ਕੀਤੀ ਮੇਰੀ, ਅਤੇ ਹੁਣ ਇਹਨੂੰ ਸਜ਼ਾ ਮਿਲੇਗੀ ਅਤੇ ਮੈਨੂੰ ਇਨਸਾਫ ਮਿਲੂਗਾ। ਅਤੇ ਉਹਨੇ ਕੀ ਕੀਤਾ ਜਿਹਨੇ ਚੋਰੀ ਕੀਤੀ ਸੀ, ਕਹਿੰਦਾ ਹਾਂ ਅੱਛਾ ਇਹਨੇ ਚੋਰੀ ਕੀਤੀ ਹੈ, ਕਿੱਥੋਂ ਕੀਤੀ ਹੈ? ਕਹਿੰਦਾ ਜੀ ਇਹ ਗਡਾਊਨ 'ਚੋਂ ਕੀਤੀ ਹੈ, ਗਡਾਊਨ 'ਚ ਮੈਂ ਬਹੁਤ ਜਿਹੜਾ ਸਮਾਨ, ਮੇਰਾ ਬਹੁਤ ਸਮਾਨ ਪਿਆ ਸਟੋਰ ਕੀਤਾ ਹੋਇਆ, ਉਹਨੇ ਚੋਰੀ ਕੀਤੀ ਹੈ, ਅਤੇ ਉਹਦੇ ਕੋਲ ਸਮਾਨ ਲੈਣ ਵਾਸਤੇ ਉਹਨੇ ਚੋਰੀ ਕਰ ਲਈ ਉੱਥੇ। ਅਤੇ ਉਸ ਵੇਲੇ ਜਦੋਂ ਉਹਨੇ ਇਸ ਗੱਲ ਨੂੰ ਸਮਝ ਕੇ, ਫਿਰ ਉਹ ਕਹਿੰਦਾ ਵੀ ਇਹਨੂੰ ਇੰਨਾ ਫਾਈਨ ਅਤੇ ਇੰਨੀ 6 ਮਹੀਨੇ ਦੀ ਸਜ਼ਾ, ਅਤੇ ਇਹਨੂੰ ਕਹਿੰਦਾ ਬਈ ਜਿਹਦਾ ਗਡਾਊਨ ਸੀ, ਕਹਿੰਦਾ ਵੀ ਇਹਨੂੰ ਇੰਨਾ ਫਾਈਨ ਅਤੇ ਇਹਨੂੰ ਇੰਨੀ ਸਜ਼ਾ। ਉਹ ਹੈਰਾਨ, ਕਹਿੰਦਾ ਯਾਰ ਮੇਰੀ ਚੋਰੀ ਕੀਤੀ ਅਤੇ ਮੈਨੂੰ ਸਜ਼ਾ ਕਾਹਦੀ? ਚਲੋ, ਇਹ ਗੱਲ ਜਦੋਂ ਅਸੀਂ ਰਾਜੇ ਕੋਲ ਚਲੀ ਗਈ, ਅਤੇ ਰਾਜੇ ਨੇ ਕਿਹਾ ਵੀ ਯਾਰ ਗਲਤ ਹੋਇਆ, ਕੀ ਗੱਲ ਵੀ ਤੂੰ ਤੇਰੀ ਚੋਰੀ ਕੀਤੀ ਤੈਨੂੰ ਸਜ਼ਾ ਕਿੱਦਾਂ? ਉਹਨੇ ਬੁਲਾਇਆ ਉਹਨਾਂ ਨੂੰ, ਕਹਿੰਦਾ ਜੀ ਇਹ ਜਿਹੜਾ ਫੈਸਲਾ ਤੁਹਾਡਾ, ਇਹ ਤੁਸੀਂ ਕਿਵੇਂ ਕੀਤਾ?
ਕਹਿੰਦਾ ਮਤਲਬ ਮੇਰਾ ਫੈਸਲਾ ਜੀ ਬਿਲਕੁਲ ਸਹੀ ਕੀਤਾ ਮੈਂ, ਕਿਉਂਕਿ ਜਿਹੜਾ ਸਮਾਨ ਬਾਹਰ ਪਬਲਿਕ ਦੇ ਕੋਲ ਹੈ ਨਹੀਂ ਸੀ ਅਤੇ ਇਹਨਾਂ ਨੇ ਗੜੌਨ ਦੇ ਵਿੱਚ ਆਪਣੇ ਸਟੋਰਾਂ ਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਸਟੋਰ ਕੀਤਾ, ਬਾਹਰ ਮਾਲ ਪਬਲਿਕ ਨੂੰ ਖਾਣ ਵਾਸਤੇ ਨਹੀਂ ਮਿਲ ਰਿਹਾ, ਅਤੇ ਇਸ ਕਰਕੇ ਇਹਨਾਂ ਦੀ ਐਡੀ ਵੱਡੀ ਗਲਤੀ ਹੈ ਵੀ ਇਹਨਾਂ ਨੇ ਇੰਨਾ ਮਾਲ ਸਟੋਰ ਕਰ ਲਿਆ। ਜਦੋਂ ਪਬਲਿਕ ਕੋਲ ਖਾਣ ਲਈ ਸਮਾਨ ਨਹੀਂ ਹੈਗਾ ਤਾਂ ਇਹਨਾਂ ਸਟੋਰ ਕਿਉਂ ਕੀਤਾ? ਇਹਨਾਂ ਦੀ ਵੱਡੀ ਗਲਤੀ ਹੈ, ਇਸ ਕਰਕੇ ਮੈਂ ਇਹਨੂੰ ਸਜ਼ਾ ਸੁਣਾਈ ਅਤੇ ਜੇਲ੍ਹ ਭੇਜਿਆ। ਅਤੇ ਕਹਿੰਦਾ ਇਹਨੇ ਚਲੋ ਤੂੰ ਬੀਬੀ ਨੇ ਪਰਮਿਸ਼ਨ 'ਤੇ ਤੋੜ ਲਿਆ ਉਹ, ਇਸ ਕਰਕੇ ਮੈਂ ਇਹਨੂੰ ਵੀ ਕੋਈ ਸਜ਼ਾ ਸੁਣਾਈ ਹੈ। ਰਾਜੇ ਨੇ ਥੋੜ੍ਹੀ ਦੇਰ ਬਾਅਦ ਸੋਚ ਕੇ ਕਹਿੰਦਾ ਵੀ ਕਹਿੰਦਾ ਫੈਸਲਾ ਤੁਹਾਡਾ ਬੜਾ ਵਧੀਆ ਵੀ ਇਹਨੇ ਸਟੋਰ ਕਿਉਂ ਕੀਤਾ, ਮੇਰੀ ਸਮਝ ਵਿੱਚ ਆ ਰਿਹਾ ਵੀ ਜੇ ਖਾਣ ਵਾਸਤੇ ਸਮਾਨ ਨਹੀਂ ਹੈਗਾ ਬੰਦਾ ਕਰਨਗੇ ਕੀ ਬਾਹਰ ਜੋ ਅੱਜ ਚੱਲ ਰਿਹਾ ਹੈ ਨਾ। ਅਤੇ ਉਹਦੇ ਵਿੱਚ ਮੌਜੂਦਾ ਹਾਲਾਤ ਮੌਜੂਦਾ ਹਾਲਾਤ ਹੈ ਨਾ, ਇੱਕ ਪਾਸੇ ਲੋੜ ਨੂੰ ਖਾਣ ਵਾਸਤੇ ਵਸਤੂਆਂ ਨਹੀਂ ਮਿਲ ਰਹੀਆਂ ਅਤੇ ਦੂਜੇ ਪਾਸੇ ਐਡੇ ਵੱਡੇ ਵੱਡੇ ਭੰਡਾਰ ਜਿਹਦੀ ਕੋਈ ਲਿਮਿਟ ਨਹੀਂ ਹੈ। ਅਤੇ ਉਹ ਜਿਹੜਾ ਜੱਜ ਸੀ ਉਹ ਕਹਿੰਦਾ ਵੀ ਇਹ ਤਾਂ ਬਹੁਤ ਗਲਤ ਹੈ ਵੀ ਪਬਲਿਕ ਕੋਲ ਖਾਣ ਵਾਸਤੇ ਸਮਾਨ ਨਾ ਹੋਵੇ ਅਤੇ ਤੁਸੀਂ ਐਡੇ ਐਡੇ ਗਡਾਊਨਾਂ ਦਾ ਵੀ ਸਮਾਨ ਰੱਖ ਲਓ। ਕਹਿੰਦਾ ਵੀ ਇਹ ਬਿਲਕੁਲ ਗਲਤ ਹੈ, ਇਹਦਾ ਇਨਸਾਨੀਅਤ ਨਾਲ ਕੋਈ ਸੰਬੰਧ ਨਹੀਂ ਹੈਗਾ। ਅਤੇ ਰਾਜਾ ਕਹਿੰਦਾ ਵੀ ਗੱਲ ਤਾਂ ਠੀਕ ਹੈ। ਅਤੇ ਫਿਰ ਥੋੜ੍ਹੀ ਦੇਰ ਬਾਅਦ ਉਹਨੇ ਸੋਚ ਸੋਚ ਕੇ ਕਿਹਾ ਵੀ ਇਹ ਤਾਂ ਫਿਰ ਬਾਕੀ ਪਬਲਿਕ ਕੋਲ ਸਹੂਲਤਾਂ ਨਹੀਂ, ਸਾਡੇ ਕੋਲ ਤਾਂ ਇੰਨੀਆਂ ਸਹੂਲਤਾਂ, ਪਬਲਿਕ ਕੋਲ ਤਾਂ ਕਹਿ ਲਓ ਵੀ ਬੇਸਿਕ ਨੀਡ ਨੂੰ ਤਸ ਰਹੀ ਹੈ ਅਤੇ ਅਸੀਂ ਜਹਾਜ਼ਾਂ 'ਚ ਘੁੰਮਦੇ ਹਾਂ ਵੀ। ਕਹਿੰਦਾ ਕੱਲ੍ਹ ਨੂੰ ਇਹ ਤਾਂ ਮੇਰੇ ਲਈ ਵੀ ਫੈਸਲਾ ਸੁਣਾਊਗਾ। ਉਸੇ ਵੇਲੇ ਉਸਨੂੰ ਡਿਸਮਿਸ ਕਰ ਦਿੱਤਾ। ਠੀਕ ਹੈ, ਇਸ ਕਰਕੇ ਮੈਂ ਬੇਨਤੀ ਕਰ ਰਿਹਾ ਵੀ ਜਿੰਨੀ ਦੇਰ ਤੱਕ ਸਵਾਰਥ ਸਾਡੇ ਵਿੱਚ ਹੈਗਾ, ਸਾਡਾ ਆਚਾਰ ਜਿਹੜਾ ਹੈਗਾ ਨਾ, ਜਿੰਨੀ ਦੇਰ ਤੱਕ ਇਹਦੇ 'ਚ ਇਹ ਭ੍ਰਿਸ਼ਟਿਆ ਹੋਇਆ ਨਾ, ਉਨੀ ਦੇਰ ਤੱਕ ਇਹ ਸਮਾਜ ਦਾ ਸੰਤੁਲਨ ਇੰਨੀ ਬੁਰੀ ਤਰ੍ਹਾਂ ਵਿਗੜ ਚੁੱਕਿਆ। ਹੁਣ ਲੋਕ ਕਹਿੰਦੇ ਇਹਦੇ ਨਾਲੋਂ ਮਰਨਾ 100 ਗੁਣਾ ਚੰਗਾ, ਜ਼ਲੀਲ ਹੋ ਹੋ ਕੇ ਜੀਣ ਨਾਲ, ਜ਼ਲੀਲ ਹੋ ਕੇ ਜੀਣ ਨਾਲੋਂ ਮਰਨਾ 100 ਗੁਣਾ ਚੰਗਾ। ਆਵਾਜ਼ ਇਹ ਵੀ ਆ ਰਹੀ ਹੈ, ਉਹ ਕਹਿੰਦੇ ਇਹੀ ਹੈ ਵੀ ਤੁਸੀਂ ਤਾਂ ਕਿ 10-20 ਸਾਲ ਘੱਟ ਜ਼ਿਲ੍ਹੇ ਤਾਂ ਕੀ ਹੋ ਗਿਆ, ਕਮ ਸੇ ਕਮ ਜ਼ਲੀਲ ਹੋ ਕੇ ਤਾਂ ਨਾ ਮਰੋ। ਠੀਕ ਹੈ, ਕ੍ਰਿਸ਼ਨ ਜੀ ਨੇ ਕੀ ਸਮਝਾਇਆ? ਕ੍ਰਿਸ਼ਨ ਜੀ ਕਹਿੰਦੇ ਤੁਹਾਡੇ ਅੰਦਰ ਸਵਾਰਥ ਨਹੀਂ, ਤੁਹਾਡੇ ਅੰਦਰ ਸਹਿਮ ਨਹੀਂ ਚਾਹੀਦਾ। ਜਿੱਥੇ ਵੀ ਹੱਕ, ਮਤਲਬ ਗੀਤਾ ਯੁੱਧ ਵਿੱਚ ਨਹੀਂ ਲਿਖੀ ਗਈ, ਗੀਤਾ ਦਾ ਕਿੱਥੇ ਗੀਤਾ ਹੋਂਦ ਵਿੱਚ ਆਈ ਹੈ? ਬਿਲਕੁਲ ਮਹਾਭਾਰਤ ਉੱਥੇ ਹੀ ਆਈ ਹੈ। ਅਤੇ ਇਹਦਾ ਮਤਲਬ ਕੀ ਸੀ? ਉਹ ਕ੍ਰਿਸ਼ਨ ਜੀ ਨੇ ਸ਼ਸਤਰ ਚੱਕਣ ਦੀ ਗੱਲ ਕੀਤੀ ਸੀ, ਗੁਰੂ ਗੋਬਿੰਦ ਸਿੰਘ ਨੇ ਕੀਤੀ ਸੀ, ਇਹਦਾ ਮਤਲਬ ਕੀ ਹੈ? ਸਾਰੇ ਭਟਕੇ ਹੋਏ ਹੈ, ਇਹ ਕਹੋਂਗੇ ਅਸੀਂ? ਅਤੇ ਇੱਕ ਪਾਸੇ ਸਮੇਂ ਦੀ ਲੋੜ ਹੈ, ਅਤੇ ਫਿਰ ਇਸ ਹੱਦ ਤੱਕ ਤਾਂ ਨਾਗਰਿਕ ਜਾ ਵੀ ਨਹੀਂ ਰਿਹਾ, ਉਹ ਤਾਂ ਹੱਥ ਬੰਨ ਕੇ ਖੜਿਆ ਨਾ ਵੀ ਸੁਣ ਲਓ ਜੀ ਸਾਡੀ, ਸੁਣ ਲਓ ਜੀ ਸਾਡੀ, ਸੁਣ ਲਓ, ਹੈ ਨਾ। ਅਤੇ ਜੇ ਤੁਸੀਂ ਦੂਜੀ ਗੱਲ ਜਿਹੜੀ ਕਹਿ ਰਹੇ ਹੋ ਧਰਮਾਂ ਦੀ, ਜਿਹੜੀ ਨਾ ਅਸਲ 'ਚ ਧਰਮ ਨਹੀਂ ਹੁੰਦੇ, ਧਰਮ ਜਿਹੜਾ ਹੈਗਾ ਉਹ ਇੱਕੋ ਹੈ ਜਿਹੜਾ ਕੁਦਰਤ ਦੇ ਵਿੱਚ ਵਿਆਪਕ ਅਨੁਸ਼ਾਸਨ ਹੈ, ਬਲਹਾਰੀ ਕੁਦਰਤ ਵਸਿਆ, ਜਿਹੜਾ ਕੁਦਰਤ ਦੇ ਵਿੱਚ ਵਸੀ ਹੋਈ ਕ੍ਰੀਏਟਰ ਦੀ ਵਿੱਲ ਹੈ, ਉਹ ਧਰਮ ਹੈ, ਉਹ ਦੋ ਨਹੀਂ ਹੈਗੇ। ਜੇ ਦੋ ਹੈ ਉਹ ਧਰਮ ਨਹੀਂ ਹੈਗੇ, ਉਹ ਮਜ਼ਹਬ ਹੋਣਗੇ। ਮਜ਼ਹਬਾਂ ਦਾ ਰੌਲਾ ਪਾਇਆ ਧਰਮ ਤੋਂ ਭਟਕੇ ਲੋਕਾਂ ਨੇ, ਮਜ਼ਹਬਾਂ ਦਾ ਰੌਲਾ ਪਾਇਆ ਇਹਨਾਂ ਨੂੰ ਰੁਲਦੀਆਂ ਦੇਖ ਕੇ ਜਾਨਾਂ ਨੂੰ, ਰੁਲਦੀਆਂ ਦੇਖ ਕੇ ਇਨਸਾਨਾਂ ਨੂੰ, ਇਹਨਾਂ ਨੂੰ ਰਤਾ ਤਰਸ ਨਾ ਆਵੇ। ਰੱਬ ਜੀਵਾਂ ਵਿੱਚ ਵੱਸਦਾ, ਇਹ ਮਜ਼ਹਬਾਂ ਨੂੰ ਪੂਜੀ ਜਾਵੇ, ਮਜ਼ਹਬਾਂ ਦਾ ਰੌਲਾ ਪਾਈ ਜਾਵੇ, ਗੱਲ ਤਾਂ ਇਹੀ ਬਣੀ ਹੋਈ ਹੈ ਨਾ ਹੁਣ। ਬਿਲਕੁਲ ਠੀਕ ਹੈ, ਇਸ ਕਰਕੇ ਮਤਲਬ ਜਿੰਨੇ ਵੀ ਪੁਜਾਰੀ ਹੈ ਇਹਨਾਂ ਦੀ ਗੱਲ ਜਿਹੜੀ ਹੈਗੀ, ਜੇ ਤਾਂ ਮਤਲਬ ਕੋਈ ਇਨਸਾਨੀਅਤ ਦੀ ਕਸਵੱਟੀ 'ਤੇ ਪੂਰੀ ਉਤਰਦੀ ਹੈ ਜੀ, ਉਹ ਗੱਲ ਤਾਂ ਆਪਾਂ ਆਪਣੀ ਸਮਝ ਨਾਲ ਮੈਚ ਕਰ ਗਈ, ਉਹਨੂੰ ਤਾਂ ਤੁਸੀਂ ਮੰਨ ਲਓ, ਅਦਰਵਾਈਜ਼ ਕੋਈ ਇਹਨਾਂ ਦਾ ਖਹਿੜਾ ਛੱਡ ਦਿਓ। ਇਹਨਾਂ ਨੇ ਸਾਨੂੰ ਮਤਲਬ ਜਿਵੇਂ ਆਪਾਂ ਦੇਖੀਏ ਸਰਹੰਦ ਦੀਆਂ ਦੀਵਾਰਾਂ ਵਿੱਚ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਨ ਦੇ ਲਈ ਉਹਨਾਂ ਦਾ ਸਹਾਰਾ ਲਿਆ ਸੀ ਨਾ, ਇਹਨਾਂ ਦਾ ਕਾਜੀ ਮੁੱਲਾਂ ਦਾ ਸਹਾਰਾ ਲਿਆ ਸੀ ਨਾ, ਅਤੇ ਹੁਣ ਪੰਡਤ ਮੁੱਲਾਂ ਜਿਹੜੇ ਹੈਗੇ, ਪੰਡਤ ਮੁੱਲਾਂ ਦਾ ਮਤਲਬ ਪੰਡਤ ਮੁੱਲਾਂ ਨਹੀਂ ਹੈਗਾ, ਪੰਡਤ ਮੁੱਲਾਂ ਦਾ ਮਤਲਬ ਹੈਗਾ ਵੀ ਜਿਹੜੇ ਸਾਡੇ ਪੁਜਾਰੀ ਸ਼੍ਰੇਣੀ ਆ, ਠੀਕ ਹੈ, ਜਿਹਨਾਂ ਨੂੰ ਕਿ ਵਾਸਤਵਿਕ ਰੂਪ ਧਰਮ ਦਾ ਨਹੀਂ ਪਤਾ, ਅਸਲੀਅਤ ਤੋਂ ਭਟਕ ਗਏ, ਉਹਨਾਂ ਨੂੰ ਵੀ ਨਹੀਂ ਪਤਾ ਲੱਗ ਰਿਹਾ ਵੀ ਅਸੀਂ ਅਸਲੀਅਤ ਤੋਂ ਭਟਕੇ ਹੋਏ ਹਾਂ। ਇਸ ਕਰਕੇ ਮਤਲਬ ਸਾਨੂੰ ਪਵਿੱਤਰ ਗ੍ਰੰਥਾਂ ਤੋਂ ਸੇਧ ਲੈ ਲਓ, ਫਿਰ ਉਹ ਸਾਨੂੰ ਕੁਦਰਤ ਦੇ ਵਿੱਚ ਵਿਆਪਕ ਪਰਮਾਤਮਾ ਦੇ ਧਰਮ ਦੀ ਸੋਝੀ ਕਰਾਉਂਦੇ ਹਾਂ। ਆਪ ਤੁਸੀਂ ਪੜ੍ਹ ਕੇ ਦੇਖੋ, ਆਪਣੇ ਆਪ ਨੂੰ ਪੜ੍ਹ ਕੇ ਦੇਖੋ, ਕੋ ਨਾਨਕ ਬਿਨ ਆਪਾ ਚੀਨੇ, ਆਪਣੇ ਆਪ ਦੇ ਚਿੰਤਨ ਕਰ ਲਓ। ਕਹਿੰਦੇ ਬਿਨ ਆਪਾ ਚੀਨੇ ਮਿਟਣ ਭਰਮ ਕੀ ਕਾਈ, ਜਿਹੜਾ ਭੁਲੇਖਾ ਪਿਆ ਹੋਇਆ ਨਾ ਸਾਨੂੰ, ਮਤਲਬ ਜੇਕਰ ਉਹ ਮੰਨ ਲਓ ਹਿੰਦੂ ਹੈ, ਉਹ ਮੁਸਲਮਾਨ ਹੈ, ਉਹ ਸਿੱਖ ਹੈ, ਉਹ ਬੋਧੀ, ਉਹ ਜੈਨੀ ਸਾਹਿਬ, ਫਿਰ ਹਿੰਦੂ ਦੀ ਹਿੰਦੂ ਨੂੰ ਬਣਾਉਣ ਵਾਲੇ ਮੱਲ ਹੋਰ ਹੈ, ਸਿੱਖਾਂ ਨੂੰ ਬਣਾਉਣ ਵਾਲੇ ਹੋਰ ਹੈ, ਬੋਧੀਆਂ ਨੂੰ ਬਣਾਉਣ ਵਾਲੇ ਹੋਰ ਹੈ, ਜੈਨੀਆਂ ਨੂੰ ਬਣਾਉਣ ਵਾਲੇ ਹੋਰ ਹੈ, ਫਿਰ ਉਹਨਾਂ ਦੀ ਅੱਖ ਉਹਨਾਂ ਨੂੰ ਕਿਤੇ ਪੈ ਜਾਂਦੀ ਹੈ? ਇੱਕ ਕੰਪਨੀ ਦੀ ਗੱਡੀ ਹੈ, ਦੂਜੀ ਕੰਪਨੀ ਦੀ ਗੱਡੀ ਨੂੰ ਉਹਦਾ ਲਾਈਟ ਨਹੀਂ ਪੈਂਦੀ? ਜੇਕਰ ਉਹਨਾਂ ਦੀ ਲਾਈਟ, ਉਹਨਾਂ ਦੀ ਅੱਖ ਸਾਨੂੰ ਪੈ ਸਕਦੀ ਹੈ, ਤੇ ਵੀ ਤੁਸੀਂ ਕਿਸ ਆਧਾਰ ਤੇ ਸਾਨੂੰ ਵੰਡ ਦੋਗੇ ਬਈ? ਉਹਨਾਂ ਦੀ ਵੀ ਹਵਾ ਹੋਈ, ਉਹ ਹਵਾ ਛੱਡਦੇ ਹਾਂ, ਅਸੀਂ ਜਹਾਜ਼ 'ਚ ਬੈਠੇ ਹਾਂ, ਅਸੀਂ ਕਾਰ 'ਚ ਬੈਠੇ ਹਾਂ, ਅਸੀਂ ਬੱਸ ਵਿੱਚ ਬੈਠੇ ਹਾਂ, ਉਹ ਹਵਾ ਛੱਡਦੇ ਹਾਂ, ਅਸੀਂ ਲੈਂਦੇ ਹਾਂ। ਜੇ ਇੰਨੀ ਹਿੰਮਤ ਹੈ ਹਵਾ ਹੀ ਵੰਡ ਲਓ ਆਪਣੀ, ਜੇ ਇੰਨੀ ਹਿੰਮਤ ਹੈ ਜੇ ਵੰਡਣਾ ਹੀ ਹੈ, ਤੁਸੀਂ ਵੰਡ ਕੇ ਦਿਖਾ ਦਿਓ। ਜਿਹੜੇ ਵੰਡੀਆਂ ਪਾਉਂਦੇ ਆ ਉਹਨਾਂ ਨੂੰ ਸਵਾਲ ਕਰੋ, ਇਹ ਬੜੇ ਖਤਰਨਾਕ ਲੋਕ ਹੈ, ਇਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ। ਫਿਰਕਾ ਪ੍ਰਸਤ ਲੋਕ ਧਰਮ ਦੇ ਨਾਂ 'ਤੇ ਵੰਡ ਕੇ ਸਾਨੂੰ ਆਪਣੇ ਉੱਲੂ ਸਿੱਧਾ ਕਰਦੇ ਹੈ ਅਤੇ ਵੱਡੇ ਪੱਧਰ 'ਤੇ ਸਮਾਜ ਦਾ ਨੁਕਸਾਨ ਕਰ ਰਹੇ, ਇਹਨਾਂ ਤੋਂ ਸਾਵਧਾਨ ਰਹਿਣਾ ਚਾਹੀਦਾ। ਬਹੁਤ ਮਿਹਰਬਾਨੀ।
शमशेर सिंह जी ने जो कि फाउंडर मैंबर ने प्रभासरा दे बेहद वड्डियां अते समनी समझण योग गल्लां आखियां इन्होंने कि धर्म की परिभाषा की है, ये दर्शकों को समझाया असलियत की है, सच नू जानना किवें है, ग्रंथां दे विच की लिखिया ते उन्हूं अपने जीवन दे विच समझना किवें, इंप्लीमेंट बाद दी गल है, पहला समझना ही किया गया। सो वड्डी गल है, लगातार धर्मिया धार्मिक चीज़ां ने जुड़िया कई सवाल ने जिन्होंने इन्हों अज भेद खोले ने। सो दर्शकों तमाम लोगों इन्हों समझ के अपने जीवन में सफल करना चाहिए। कैमरामैन दर्शन दर्शी के नाल गगन शुक्ला, डेली पोस्ट पंजाबी। धर्म के नाते वंडियां पई